ਤੁਹਾਨੂੰ ਲੱਗਦਾ ਪੰਜਾਬ ਤੇ ਹਰਿਆਣਾ ਦੇ ਰਿਸ਼ਤੇ ਜਿਹੜੀ ਖਟਾਸ ਸੀਗੀ ਉਹ ਦੂਰ ਹੋਈ ਹੈ? ਕਿਸਾਨੀ ਦੇ ਕੋਈ ਧਰਮ ਜਾਤ ਨਹੀਂ ਹੁੰਦੀ, ਕਿਸਾਨੀ ਦੇ ਤੋਂ ਕੰਮ ਕਿਸਾਨੀ ਹੈ। ਬੁੱਢਾ ਸਾਹਿਬ, ਕੰਟਰੈਕਟ ਫਾਰਮਿੰਗ ਦੇ ਹੱਕ ਵਿੱਚ ਹੋ? ਪ੍ਰਾਈਵੇਟ ਇਨਵੈਸਟਮੈਂਟ ਦੇ ਮੈਂ ਖਿਲਾਫ ਨਹੀਂ ਹਾਂ। ਐਮਐਸਪੀ ਤੋਂ ਥੱਲੇ ਨਹੀਂ ਖਰੀਦ ਸਕਦਾ, ਉਹਦੀ ਸਜ਼ਾ ਹੋ ਗਈ, ਸਾਨੂੰ ਹੋਰ ਕੋਈ ਲੋੜ ਨਹੀਂ। ਉਹ ਲਾਜ਼ ਰਹਿ ਜਾਣ ਤੇ ਇਸ ਦੇ ਨਾਲ ਇੱਕ ਹੋਰ ਕਾਨੂੰਨ ਲਿਆ ਜਾਵੇ, ਫਿਰ ਮਨਜ਼ੂਰ ਆ ਕਾਂਗਰਸ? ਐਮਐਸਪੀ ਦਾ ਕਾਨੂੰਨ ਲਿਆਏ ਤਾਂ ਮਨਜ਼ੂਰ ਹੈ, ਚੌਥਾ ਕਾਨੂੰਨ ਲਿਆ। ਸਰਕਾਰ ਵਾਰ ਵਾਰ ਇਹ ਗੱਲ ਕਹਿੰਦੀ ਹੈ ਕਿ ਇਸ ਪਿੱਛੇ ਕਾਂਗਰਸ ਹੈ, ਤੁਸੀਂ ਮੰਨਦੇ ਹੋ ਕਿ ਇਸ ਐਜੀਟੇਸ਼ਨ ਦੇ ਪਿੱਛੇ ਕਾਂਗਰਸ ਹੈ? ਕਾਂਗਰਸ ਇਸ ਐਜੀਟੇਸ਼ਨ ਦਾ ਨੇਤਰਤਵ ਨਹੀਂ ਕਰਦੀ ਹੈ। ਖੇਤੀਬਾੜੀ ਮੰਤਰੀ ਕਹਿੰਦੇ ਹੈ ਕਿ ਖੂਨ ਦੀ ਖੇਤੀ ਕਾਂਗਰਸ ਕਰਦੀ, ਅਸੀਂ ਨਹੀਂ ਕਰਦੇ, ਉਹਦਾ ਮਤਲਬ ਕੀ ਸੀ? ਉਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਦੇ। ਐਸਓਐਲ ਤੇ ਸਟੈਂਡ ਹਰਿਆਣਾ ਦਾ ਉਹੀ ਹੈ, ਹਮ ਕਿਸੇ ਦਾ ਹੱਕ ਦਾ ਪਾਣੀ ਨਹੀਂ ਲੈਂਦੇ, ਹਮ ਪੰਜਾਬ ਦਾ ਕਿਸੇ ਦਾ ਨਹੀਂ, ਹਮ ਤਾਂ ਆਪਣੇ ਹੱਕ ਦਾ ਪਾਣੀ ਲੈ ਔਰ ਲੈ ਕੇ ਰਹੇਗੇ। ਜਸਟੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ, ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਅਸੀਂ ਲਗਾਤਾਰ ਕਿਸਾਨ ਸੰਘਰਸ਼ ਬਾਰੇ ਜ਼ਿਕਰ ਕਰ ਰਹੇ ਹਾਂ ਅਤੇ ਇਸ ਕਿਸਾਨ ਸੰਘਰਸ਼ ਦੇ ਵਿੱਚ ਪੰਜਾਬ ਅਤੇ ਹਰਿਆਣਾ ਦਾ ਜਿਹੜਾ ਰਿਸ਼ਤਾ ਉਹ ਅੱਗੇ ਨਾਲ ਸੁਧਰਿਆ, ਉਸ ਬਾਰੇ ਵੀ ਜ਼ਿਕਰ ਕਰਨਾ ਲਾਜ਼ਮੀ ਹੈ। ਅਤੇ ਇਸ ਬਾਬਤ ਅਸੀਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨਾਲ ਗੱਲਬਾਤ ਕਰਾਂਗੇ, ਉਹਨਾਂ ਤੋਂ ਸਮਝਾਂਗੇ ਪੰਜਾਬ ਦੇ ਰਿਸ਼ਤਿਆਂ ਨੇ ਅਤੇ ਹਰਿਆਣਾ ਦੇ ਰਿਸ਼ਤਿਆਂ ਨੇ ਇਸ ਕਿਸਾਨ ਸੰਘਰਸ਼ ਤੋਂ ਸਿੱਖਿਆ। ਭੁਪਿੰਦਰ ਸਿੰਘ ਹੁੱਡਾ ਸਾਡੇ ਨਾਲ ਮੌਜੂਦ ਨੇ, ਸਾਬਕਾ ਮੁੱਖ ਮੰਤਰੀ ਹੁੱਡਾ ਸਾਹਿਬ, ਬਹੁਤ ਸਵਾਗਤ ਹੈ ਸਰ। ਥੈਂਕ ਯੂ। ਹੁੱਡਾ ਸਾਹਿਬ, ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਪੰਜਾਬ ਅਤੇ ਹਰਿਆਣਾ ਦੇ ਰਿਸ਼ਤੇ ਨੂੰ, ਕਿਸਾਨ ਸੰਘਰਸ਼ ਦੇ ਨਾਲ ਜਿਹੜੇ ਰਿਸ਼ਤੇ? ਜਿਹੜਾ ਕਿਸਾਨ ਸੰਘਰਸ਼ ਹੈ, ਤਾਂ ਕਿਸਾਨ ਤੋਂ ਕਿਸਾਨ ਹੈ, ਚਾਹੇ ਉਹ ਪੰਜਾਬ ਦਾ ਹੋ, ਚਾਹੇ ਹਰਿਆਣੇ ਦਾ ਹੋ, ਚਾਹੇ ਉੱਤਰ ਪ੍ਰਦੇਸ਼ ਦਾ ਹੋ, ਚਾਹੇ ਬੰਗਾਲ ਦਾ ਹੋ, ਕਿਸਾਨ ਦੀ ਕੋਈ ਕਿਸਾਨੀ ਦੇ ਕੋਈ ਧਰਮ ਜਾਤ ਨਹੀਂ ਹੁੰਦੀ, ਕਿਸਾਨੀ ਦਾ ਤਾਂ ਕੰਮ ਕਿਸਾਨੀ ਹੈ ਔਰ ਉਹਦਾ ਉਹ ਹੈ। ਤਾਂ ਉੱਤੇ ਇੱਥੇ ਜੋ ਸੰਘਰਸ਼ ਚੱਲਦਾ ਪਿਆ ਹੈ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ ਦਾ, ਹਾਲੀ ਪੰਜਾਬ ਦਾ ਹਰਿਆਣੇ ਦੇ ਕਿਸਾਨ ਨਹੀਂ ਹੈ, ਉੱਥੇ ਯੂਪੀ ਤੋਂ ਵੀ ਆਏ ਹੋਏ ਹੈ, ਉੱਥੋਂ ਮਹਾਰਾਸ਼ਟਰਾ ਵੀ ਤੋਂ ਵੀ ਆਏ ਹੋਏ ਹੈ, ਰਾਜਸਥਾਨ ਤੋਂ ਵੀ ਸਾਰੇ ਆਏ ਹੋਏ ਹੈ, ਕਿੱਥੋਂ ਵੀ ਥੋੜ੍ਹੇ ਆਏ, ਕਿੱਥੋਂ ਜ਼ਿਆਦਾ ਆਏ। ਲੇਕਿਨ ਜੋ ਇਹ ਦਿੱਲੀ ਬਾਰਡਰ 'ਤੇ ਹੈ ਔਰ ਦਿੱਲੀ ਦੇ ਤਿੰਨ ਤਰਫ ਹਰਿਆਣਾ ਹੈ, ਚੌਥੀ ਤਰਫ ਜੋ ਯੂਪੀ ਹੈ ਉੱਥੇ ਵੀ ਬੈਠੇ ਯੂਪੀ ਦੇ ਕਿਸਾਨ ਗਾਜੀਪੁਰ, ਇਹ ਜੋ ਨਵੇਂ ਕਾਨੂੰਨ ਆਏ ਹੈ ਇਹਨਾਂ ਦਾ ਵਿਰੋਧ ਕਰਦੇ ਪਏ। ਉਹ ਇਹ ਸਮਝਦੇ ਹੈ ਕਿ ਅਗਰ ਇਹ ਕਾਨੂੰਨ ਲਾਗੂ ਹੋਣਗੇ ਤਾਂ ਕਿਸਾਨ ਦਾ ਬੜਾ ਭਾਰੀ ਨੁਕਸਾਨ ਹੋਊਗਾ, ਕਿਸਾਨੀ ਦਾ ਬੜਾ ਭਾਰੀ ਨੁਕਸਾਨ ਹੋਊਗਾ। ਇਹ ਗੱਲ ਹੈ ਉੱਥੇ ਨਹੀਂ, ਤੁਹਾਨੂੰ ਲੱਗਦਾ ਪੰਜਾਬ ਅਤੇ ਹਰਿਆਣਾ ਦੇ ਰਿਸ਼ਤੇ ਜਿਹੜੀ ਖਟਾਸ ਸੀਗੀ ਉਹ ਦੂਰ ਹੋਈ ਹੈ? ਰਿਸ਼ਤੇ ਮੈਨੂੰ ਪਤਾ, ਕਿਸਾਨ ਤੋਂ ਚਾਹੇ ਪੰਜਾਬ ਦਾ ਹੈ, ਚਾਹੇ ਹਰਿਆਣੇ ਦਾ ਹੈ, ਚਾਹੇ ਉੱਤਰ ਪ੍ਰਦੇਸ਼ ਦਾ, ਚਾਹੇ ਬੰਗਾਲ ਦਾ, ਤਾਂ ਕਿਸਾਨ ਤੋਂ ਇਹ ਕੀ ਕਿਸਾਨ, ਇਹ ਮੁੱਦਾ ਕਿਸਾਨੀ ਦਾ ਹੈ, ਇਹ ਹੋਰ ਮੁੱਦਾ ਨਹੀਂ ਹੈ, ਕੋਈ ਕਿਸਾਨੀ ਦਾ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਕਿਸਾਨੀ ਖਤਰੇ 'ਚ ਹੈ ਇਨ ਕਾਨੂੰਨ ਤੋਂ, ਇਸ ਵਾਸਤੇ ਸਭ ਸੰਘਰਸ਼ ਕਰਦੇ ਪਏ ਔਰ ਚੰਗੀ ਤਰ੍ਹਾਂ ਭਾਈਚਾਰਾ ਬਣਾ ਕੇ ਕਰਦੇ ਪਏ। ਹਾਂ, ਦੋ ਕੰਟਰੈਕਟ ਫਾਰਮਿੰਗ, ਮਤਲਬ ਜਿੱਥੋਂ ਦੇ ਕੰਟਰੈਕਟ ਫਾਰਮਿੰਗ ਦਾ ਸਵਾਲ ਹੈ, ਪ੍ਰਾਈਵੇਟ ਇਨਵੈਸਟਮੈਂਟ ਦੇ ਮੈਂ ਖਿਲਾਫ ਨਹੀਂ ਹਾਂ। ਕੰਟਰੈਕਟ ਫਾਰਮਿੰਗ ਦਾ ਮੈਂ 2007 'ਚ ਹਰਿਆਣੇ 'ਚ ਵੀ ਲਾਗੂ ਕੀਤਾ ਸੀ, ਉਹਦੇ 'ਚ ਮੈਂ ਇੱਕ ਰੂਲ ਪਾਇਆ ਸੀ, ਰੂਲ ਬਣਾ ਦਿੱਤਾ ਸੀ ਕਿ ਕੋਈ ਵੀ ਜੋ ਸਪੋਂਸਰਰ ਹੋਗਾ ਕੰਟਰੈਕਟ ਦਾ, ਉਹ MSP ਤੋਂ ਥੱਲੇ ਨਹੀਂ ਖਰੀਦ ਸਕਦਾ, ਜੋ ਵੀ ਖਰੀਦੂਗਾ ਤਾਂ ਉਹਦੇ ਅਸੀਂ ਬੈਂਕ ਸ਼ੋਰਟੀ ਆ ਗਰੰਟੀ ਜਾਂ ਗਰੰਟੀ ਰੱਖੀ ਸੀ 15%। ਪ੍ਰੀਸੀਡਿੰਗ ਈਅਰ ਦੀ ਗੱਲ ਕੀਤੀ ਸੀ? ਨਹੀਂ, ਪ੍ਰੀਸੀਡਿੰਗ ਈਅਰ ਜਿਸ ਕ੍ਰੋਪ ਦਾ MSP ਨਹੀਂ ਹੈ ਉਹਦਾ, MSP ਤਾਂ ਸਰਕਾਰ ਅਨਾਊਂਸ ਕਰਦੀ ਹੈ, ਪ੍ਰੀਸੀਡਿੰਗ ਈਅਰ ਕਾ ਜੋ ਵੀ MSP ਹੋਗਾ ਉਸਸੇ ਕਮ ਨਹੀਂ ਖਰੀਦ ਸਕਤਾ, 15% ਹਮਨੇ ਰੱਖੀ ਥੀ ਟੋਟਲ ਕੰਟਰੈਕਟ ਅਮਾਊਂਟ ਕੀ, ਔਰ ਉਹ ਇੱਕ ਮਹੀਨੇ ਕੇ ਬਾਅਦ ਰਿਫੰਡ ਹੋਤਾ ਥਾ ਸਪੋਂਸਰ ਕੋ, ਜਬ ਬਿਲਕੁਲ ਕੰਟਰੈਕਟ ਕੰਪਲੀਟ ਹੋ ਜਾਏ, ਤਾਂ ਕਿ ਕਿਸਾਨਾਂ ਦੀ ਹਿੱਤ ਸੁਰੱਖਿਅਤ ਰਹਿਣ। ਉਹ ਤਾਂ ਸਦਨ ਦੇ ਵਿੱਚ ਐਗਜ਼ਾਮਪਲ ਤੁਹਾਡੀ ਦਿੰਦੇ ਆ ਪੰਜਾਬ ਅਤੇ ਹਰਿਆਣਾ ਦੀ, ਕਹਿੰਦੇ ਕੰਟਰੈਕਟ ਫਾਰਮਿੰਗ ਇਹ ਲੈ ਕੇ ਆਏ, ਅਸੀਂ ਤਾਂ ਜੋ ਇਹਨਾਂ ਨੇ ਕੀਤਾ ਸੀ ਉਹ ਕਰ ਰਹੇ। ਨਹੀਂ, ਉਹ ਨਹੀਂ ਕਰ ਰਹੇ ਨਾ, MSP ਦਾ ਨਾਮ ਹੀ ਨਹੀਂ ਉੱਥੇ। ਅਗਰ ਇਹ ਨਵੇਂ ਜੋ ਕਾਨੂੰਨ ਲਿਆਏ ਹੈ, ਅਗਰ ਇਹ ਪਾ ਦੇ ਉਹਦੇ 'ਚ ਕਿ ਕੋਈ ਵੀ ਕੰਟਰੈਕਟ ਸਪੋਂਸਰ MSP ਤੋਂ ਥੱਲੇ ਨਹੀਂ ਖਰੀਦ ਸਕਦਾ, ਉਹਦੀ ਸਜ਼ਾ ਹੋ ਗਈ, ਸਾਨੂੰ ਹੋਰ ਕੋਈ ਲੋੜ ਨਹੀਂ। ਚੌਥਾ ਕਾਨੂੰਨ ਲਿਆਉਣ, 3 ਇਹ ਕਾਨੂੰਨ ਹੈ, ਚੌਥਾ ਕਾਨੂੰਨ ਇਹ ਲਈ ਕਿਹਾ ਜਾਣ, ਮੈਂ 14 ਅਗਸਤ
ਨੂੰ ਵੀ ਟ੍ਰਿਬਿਊਨ 'ਚ ਵੀ ਇੱਕ ਆਰਟੀਕਲ ਲਿਖਿਆ ਹੈ ਮੈਂ ਕਿ ਚੌਥਾ ਕਾਨੂੰਨ ਵੀ ਸਾਥੇ ਸਾਥ ਲਿਆ ਹੈ ਕਿ ਜੋ ਵੀ ਐੱਮ ਐੱਸ ਪੀ 'ਤੇ ਥੱਲੇ ਕੋਈ ਖਰੀਦੇਗਾ ਉਹ ਉਸਦੇ ਲਈ ਸਜ਼ਾ ਦਾ ਪ੍ਰਾਵਧਾਨ ਹੋ ਜਾਵੇ, ਠੀਕ ਹੈ, ਫਿਰ ਸੁਰੱਖਿਅਤ ਰਹੇਗਾ ਕਿਸਾਨ। ਉਹ ਤਾਂ ਤੁਹਾਡੇ ਬਾਰੇ ਇਹ ਸਵਾਲ ਕਰਦੇ ਆ ਵੀ ਕਹਿੰਦੇ ਹੁੱਡਾ ਕਮੇਟੀ ਨੇ ਸੁਧਾਰ ਲਿਆਉਣ ਲਈ ਸਾਰਾ ਕੁਛ ਰੱਖਿਆ ਸੀਗਾ ਸਾਡੇ ਅੱਗੇ, ਅਸੀਂ ਉਸੇ ਨੂੰ ਅੱਗੇ ਵਧਾ ਰਹੇ ਹਾਂ। ਨਹੀਂ ਨਹੀਂ, ਹੁੱਡਾ ਕਮੇਟੀ ਤੋਂ ਐੱਮ ਐੱਸ ਪੀ ਦਾ ਰੱਖਾ ਦਾ ਸਵਾਮੀਨਾਥਨ ਦੇ ਹਿਸਾਬ 'ਤੇ, ਮਤਲਬ ਸੀ ਟੂ ਫਾਰਮੂਲੇ 'ਚ ਰਿਕਮੈਂਡੇਸ਼ਨ ਹੈ ਮੇਰੇ ਪਾਸ, ਸਾਰੀ ਰਿਕਮੈਂਡੇਸ਼ਨ। ਔਰ ਦੂਜੀ ਇਹ ਸੀ ਏ ਪੀ ਐੱਮ ਸੀ ਦੀ ਐਕਸਟੈਂਸ਼ਨ ਬੜਾ ਤਰ੍ਹਾਂ ਮੰਡੀ ਨੂੰ ਕਿਸਾਨ ਦੇ ਕੋਲ ਲਿਜਾਣਾ ਸੀ, ਗਾਓਂ ਦੇ ਕੋਲ ਲਿਜਾਣਾ ਸੀ। ਹਰਿਆਣਾ ਪੰਜਾਬ ਇਹੀ ਤੋਂ ਗੱਲ ਹੈ, ਹਰ ਹਰਿਆਣਾ ਤੋਂ ਹਰ 10 ਕਿਲੋਮੀਟਰ 'ਤੇ ਪਰਚੇਸ ਸੈਂਟਰ ਹੈ ਏ ਪੀ ਐੱਮ ਸੀ ਦਾ। ਔਰ ਮੋਨੋਪਲੀ ਕਿਸੇ ਦੀ ਨਹੀਂ ਹੋਣੀ ਚਾਹੀਏ, ਅਗਰ ਕਿਸਾਨ ਨੂੰ ਚੰਗਾ ਭਾਵ ਮਿਲਦਾ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਏ ਪੀ ਐੱਮ ਸੀ ਖਰੀਦੇ, ਇਹ ਹੈ ਮੋਨੋਪਲੀ ਨਾ ਹੋ ਔਰ ਕਿਸਾਨ ਦੇ ਨਜ਼ਦੀਕ ਹੋ ਜਾਏ ਔਰ ਐੱਮ ਐੱਸ ਪੀ ਦਾ ਪ੍ਰਾਵਧਾਨ ਹੋ। ਮੈਂ ਤਾਂ ਮਤਲਬ ਆਲੂ ਪਿਆਜ਼ ਜੋ ਐਸੈਂਸ਼ੀਅਲ ਕਮੋਡਿਟੀ ਹੈ ਉੱਥੇ ਉਸਕੇ ਵੀ ਐੱਮ ਐੱਸ ਪੀ ਰਿਕਮੈਂਡ ਕੀਤੀ ਹੈ ਹੁੱਡਾ ਕਮੇਟੀ। ਤੁਸੀਂ ਇਹ ਚਾਹੁੰਦੇ ਹੋ ਕਿ ਇਹ ਲਾਜ਼ ਆ ਜਿਹੜੇ ਜਿਹੜੇ ਤਿੰਨੇ ਲਾਜ਼ ਆ ਜਿਹਨਾਂ ਦੀ ਕੇਂਦਰ ਸਰਕਾਰ ਗੱਲ ਕਰਦੀ ਹੈ ਉਹ ਲਾਜ਼ ਰਹਿ ਜਾਣ ਅਤੇ ਇਸ ਦੇ ਨਾਲ ਇੱਕ ਹੋਰ ਕਾਨੂੰਨ ਲਿਆ ਜਾਵੇ ਫਿਰ ਮਨਜ਼ੂਰ ਆ ਕਾਂਗਰਸ ਨੂੰ? ਨਹੀਂ, ਕਾਨੂੰਨ ਇਹ ਲਾਏ ਨਾ ਐੱਮ ਐੱਸ ਪੀ ਦਾ, ਐੱਮ ਐੱਸ ਪੀ ਦਾ ਕਾਨੂੰਨ ਲਿਆਏ ਤਾਂ ਮਨਜ਼ੂਰ ਹੈ, ਇਹ ਤਿੰਨੇ ਕਾਨੂੰਨ ਵੀ ਰਹਿ ਜਾਣ ਕੋਈ ਦਿੱਕਤ ਨਹੀਂ, ਤਿੰਨੇ ਕਾਨੂੰਨ ਦਾ ਕੋਈ ਮਾਇਨਾ ਨਹੀਂ ਨਾ। ਹੁਣ ਇਨ ਤਿੰਨੇ ਕਾਨੂੰਨ 'ਚ ਕਿੱਥੇ ਐੱਮ ਐੱਸ ਪੀ ਦਾ ਪ੍ਰਾਵਧਾਨ ਹੀ ਨਹੀਂ ਹੈ, ਹਮ ਦੋ ਮਾਰਕੀਟ ਹੋ ਗਈ ਹੈ। ਇਹ ਕਹਿੰਦੇ ਹੈ ਐੱਮ ਐੱਸ ਪੀ ਲਾਗੂ ਰਹੇਗੀ, ਉਹ ਏ ਪੀ ਐੱਮ ਸੀ ਮਾਰਕੀਟ 'ਚ ਰਹੇਗੀ ਯਾਰਡ 'ਚ, ਉਹਦੇ ਬਾਹਰ ਓਪਨ ਮਾਰਕੀਟ ਹੋ ਜਾਏਗੀ। ਤਾਂ ਦੋ ਮੰਡੀਆਂ ਨਹੀਂ ਹੋ ਸਕਦੀ, ਮੰਡੀ ਇੱਕ ਹੋਣੀ ਚਾਹੀਏ। ਔਰ ਇਹ ਏ ਪੀ ਐੱਮ ਸੀ ਜੋ ਦੀ ਮੰਡੀ ਯਾਰਡ ਹੈ ਉਹ ਤਾਂ ਸਟੇਟ ਦੇ ਅੰਦਰ ਹੈ, ਜੋ ਨਵਾਂ ਕਾਨੂੰਨ ਅਗਰ ਲੱਗਿਆ ਅਭੀ ਤਾਂ ਸਟੇ ਸੁਪਰੀਮ ਕੋਰਟ ਨੇ ਸਟੇ ਦਿੱਤਾ ਹੋਇਆ ਹੈ, ਤਾਂ ਉਹ ਕੋਈ ਜ਼ਿਆਦਾ ਡਿਸਕਸ ਨਹੀਂ ਕਰਦਾ ਕਿਉਂਕਿ ਕਾਨੂੰਨ ਸਟੇ ਹੋ ਗਏ ਉੱਥੇ। ਤਾਂ ਏ ਪੀ ਐੱਮ ਸੀ ਬਾਹਰ ਜੋ ਨਈ ਮੰਡੀ ਬਣੇਗੀ ਓਪਨ ਮਾਰਕੀਟ ਬਣੇਗੀ ਉਹ ਸੈਂਟਰ ਕਾਨੂੰਨ ਰੱਖੇ, ਦੋ ਕਿਸਮ ਦੀ ਮੰਡੀ ਹੋਊਗੀ। ਇਹ ਲੋਕਾਂ ਨੂੰ ਦੇਖੀਏ, ਐਸੈਂਸ਼ੀਅਲ ਕਮੋਡਿਟੀ ਐਕਟ 'ਚ ਕੁਛ ਰਿਆਇਤ ਹੋਣੀ ਚਾਹੀਏ ਕਿਉਂਕਿ ਜਿਸਮੇ ਕਾ ਪ੍ਰਾਈਵੇਟ ਇਨਵੈਸਟਮੈਂਟ ਆਏ। ਅਬ ਐੱਫ ਸੀ ਆਈ ਪੂਰਾ ਮਾਲ ਨਹੀਂ ਚੰਗੀ, ਐੱਮ ਐੱਸ ਪੀ ਮਿਲੇ ਤਾਂ ਕੋਈ ਪ੍ਰਾਈਵੇਟ ਲੈ, ਸਾਨੂੰ ਕੋਈ ਤਰ੍ਹਾਂ ਨਹੀਂ। ਐੱਫ ਸੀ ਆਈ ਤੋਂ ਐੱਮ ਐੱਸ ਪੀ 'ਚ ਲੈਂਦੀ ਹੈ ਨਾ, ਇਹ ਗੱਲ। ਬਟ ਐਸੈਂਸ਼ੀਅਲ ਕਮੋਡਿਟੀ 'ਚ ਚਾਹੇ ਉਹ ਆਲੂ ਹੈ ਪਿਆਜ਼ ਹੈ ਇਹਨਾਂ ਦੀ ਵੀ ਐੱਮ ਐੱਸ ਪੀ ਹੋਣੀ ਚਾਹੀਏ, ਇਹ ਨਹੀਂ ਤਾਂ ਅੱਜ ਆਲੂ ਪਿੱਟਦਾ ਪਿਆ। ਮੈਂ ਖੁਦ ਗਿਆ ਸੀ ਪੀਪਲੀ ਮੰਡੀ 'ਚ, 2 ਸਾਲ ਹੋਏ, 9 ਪੈਸੇ ਕਿਲੋ ਕਿਸਾਨ ਵੇਚ ਕੇ ਗਿਆ ਆਲੂ। ਮੁੰਡਾ ਸਾਹਿਬ, ਤੁਸੀਂ ਬੜੇ ਵੱਡੇ ਫਾਰਮਰ ਲੀਡਰ ਮੰਨੇ ਜਾਂਦੇ ਹੋ, ਤੁਸੀਂ ਦੇਵੀ ਲਾਲ ਹਰਾ ਨੂੰ ਹਰਾਇਆ ਸੀਗਾ 3 ਵਾਰ। ਮੁੰਡਾ ਸਾਹਿਬ, ਤੁਹਾਨੂੰ ਇਹ ਫੈਡਰਲ ਸਟਰਕਚਰ 'ਤੇ ਹਮਲਾ ਲੱਗਦਾ ਹੈ 3 ਕਾਨੂੰਨਾਂ 'ਚ? ਦੇਖੋ, ਸਟੇਟ ਦੀ ਆਪਣੀ ਪਾਵਰ, ਐਗਰੀਕਲਚਰ ਜੋ ਹੈ ਉਹ ਸੰਵਿਧਾਨ 'ਚ 3 ਲਿਸਟਾਂ ਹੈ, 1 ਇਜ਼ ਸੈਂਟਰਲ ਲਿਸਟ, 1 ਇਜ਼ ਸਟੇਟ ਲਿਸਟ, 1 ਇਜ਼ ਕੌਨਕਰੈਂਟ ਲਿਸਟ। ਐਗਰੀਕਲਚਰ ਜਿਹੜਾ ਹੈ ਉਹ ਸਟੇਟ ਲਿਸਟ 'ਚ, ਉਹ ਸਟੇਟਾਂ ਦੀ ਆਪਣੀ ਪਾਵਰ ਹੁੰਦੀ ਹੈ, ਪਰ ਇਹ ਉੱਥੋਂ ਨਿਕਾਲ ਦੇ ਕੇ ਇਹ ਕੰਜ਼ੂਮਰ ਉਸਨੇ ਡਾਲ ਦਿੱਤਾ, ਤਾਂ ਐਗਰੀਕਲਚਰ ਤੋਂ ਸਟੇਟ ਕੇ ਪਾਸ ਹੀ ਰਹਿਣਾ ਚਾਹੀਏ। ਅਗਰ ਆਪਣੇ ਜੋ ਸੰਵਿਧਾਨ ਕੀ ਦੇਖਣੀ ਹੈ ਭਾਵਨਾ, ਉਸਮੇ ਐਗਰੀਕਲਚਰ ਸਟੇਟ ਕੇ ਪਾਸ ਰਹਿਣਾ ਚਾਹੀਏ, ਨਹੀਂ ਤੋ ਜੋ ਫੈਡਰਲਿਜ਼ਮ ਜੋ ਸੰਵਿਧਾਨ ਨੇ ਦਿਆ, ਸੰਵਿਧਾਨ ਨਿਰਮਾਤਾ ਨੇ, ਉਹ ਕਹੀਂ ਨਾ ਕਹੀਂ ਕਮਜ਼ੋਰ ਪੜੇਗਾ। ਤੁਹਾਡੇ ਸਪੁੱਤਰ ਦਵਿੰਦਰ ਹੁੱਡਾ, ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਉੱਥੇ ਬੋਲਿਆ ਸੀਗਾ ਸਦਨ ਦੇ ਵਿੱਚ, ਉਦੋਂ ਖੇਤੀਬਾੜੀ ਮੰਤਰੀ ਕਹਿੰਦੇ ਕਿ ਖੂਨ ਦੀ ਖੇਤੀ ਕਾਂਗਰਸ ਕਰਦੀ ਅਸੀਂ ਨਹੀਂ ਕਰਦੇ, ਉਹਦਾ ਮਤਲਬ ਕੀ ਸੀ? ਪਤਾ ਨਹੀਂ, ਉਹਨਾਂ ਨੂੰ ਪੁੱਛੋ, ਕਾਂਗਰਸ ਤਾਂ ਸਦਾ ਕਿਸਾਨ ਦੇ ਨਾਲ ਖੜੀ ਹੈ, ਅੱਜ ਵੀ ਖੜੇ ਹਾਂ ਅਸੀਂ ਕਿਸਾਨ ਦੇ ਨਾਲ। ਐੱਮ ਐੱਸ ਪੀ ਕੌਣ ਲਿਆਏ ਸੀ? ਕਾਂਗਰਸ ਤੋਂ ਲੈ ਕੇ ਆਈ ਸੀ। ਮੇਰੇ ਜੋ ਪਿਤਾ ਜੀ ਸੀ 1948 ਮੈਂ ਹੀ ਵਾ ਸਭ ਤੋਂ ਪਹਿਲਾ ਵਿਅਕਤੀ ਸੀ ਜਿਹਨਾਂ ਨੇ ਕਿਹਾ ਕਿ ਐੱਮ ਐੱਸ ਪੀ ਮਿਲਣੀ ਚਾਹੀਏ ਸੰਵਿਧਾਨ ਸਭਾ 'ਚ। ਔਰ ਫਿਰ ਬਾਅਦ ਮੈਂ ਕਾਂਗਰਸ ਹੀ ਐੱਮ ਐੱਸ ਪੀ ਲੈ ਕੇ ਆਏ, ਕਿਉਂਕਿ ਇਹ ਐੱਮ ਐੱਸ ਪੀ ਦਾ ਮਤਲਬ ਮਿਨੀਮਮ ਸਪੋਰਟ ਪ੍ਰਾਈਜ਼ ਹੈ, ਐੱਮ ਆਰ ਪੀ ਨਹੀਂ ਹੈ, ਮੈਕਸੀਮਮ ਰਿਟੇਲ ਪ੍ਰਾਈਜ਼ ਨਹੀਂ ਹੈ, ਇਹ ਐੱਮ ਐੱਸ ਪੀ ਹੈ। ਔਰ ਇਸੀ ਵਾਸਤੇ ਜੋ ਮੇਰੀ ਕਮੇਟੀ ਸੀ ਕਿ ਮੇਰੀ ਅਧਿਕਸ਼ਤਾ ਮੈਂ ਉਹ ਪੰਜਾਬ ਬਿਹਾਰ ਵਹਾਂ ਕੇ ਵੀ ਚੀਫ ਮਿਨਿਸਟਰ ਮੈਂਬਰ ਥੇ, ਇਸੀ ਵਾਸਤੇ ਹਮਨੇ ਉਸਕੋ ਲਾਭਦਾਇਕ ਬਣਾਉਣ ਕੇ ਲੀਏ, ਖੇਤੀ ਨੂੰ ਫਾਇਦੇਮੰਦ ਬਣਾਉਣ ਦੇ ਲੀਏ
C2 फार्मूला रिकमेंड किया, जिनी लागत है जमा 50% मुनाफा मिलेगा ताई किसानी नू किसानी लाभदायक होगी, नहीं तो कर्जे से डूब भी गया किसान। तो फिर वो केंद्र वालों हुड्डा कमेटी से बार बार अटैक क्यों किया जाता है? कोई अटैक नहीं। कॉन्ट्रैक्ट फार्मिंग मैंने बताया, जो कहने MSP प्रोवाइड करिए, एक पार्टली नहीं कर सकते आप, और MSP लागू करें ठीक है, मैं हमारी कमेटी की रिकमेंड सारी की रिकमेंडेशन करें, और सिर्फ लोगों को गुमराह करने की। हरियाणा ने जिस तरीके नाल पंजाब दा साथ दिता जो ये बैरीकेड सारे लगे हुए थे हरियाणा के, जिहड़े इत्थों दे तुहाडे हरियाणा दे किसान लीडर सी उन्होंने साथ दिता। फिर आप तो पंजाब हरियाणा दा सवाल नहीं, किसान पूरे देश दा एक है, चाहे पंजाब दा हो चाहे हरियाणा दा हो चाहे मध्य प्रदेश यूपी तो भी आया राजस्थान तो भी आया राजस्थान तो भी तो आए सरकार ने मानी सरकार तो कहती पंजाब हरियाणा ने सरकार तो सरकार दी ना गल करो सरकार दे मैं तो कि किसान एक है चाहे पंजाब दा है चाहे हरियाणा दा। सरकार वार बार ये गल कहती है कि इस पिछे कांग्रेस है, तुसी मानते हो कि इस एजिटेशन दे पिछे कांग्रेस है? कांग्रेस इस एजिटेशन दा नेतृत्व नहीं करती है, किसान स्वयं करते पे हैं, लेकिन कांग्रेस उन्हां दी मांग दा समर्थन करती है, जो उन्हां दी मांग लेके बैठे हैं ओदे समर्थक समर्थन च खड़ी है। तुसी उन्हां दे समर्थन विच इत्थे रेजोल्यूशन भी लेके आए हो हरियाणा विधानसभा दे विच, ते तुहाडे विरोधी कह रहे हैं कि तुसी विरोधियों का काम तो कोई खानापूर्ति का क्या मतलब? हाँ इन्हों का बहुमत है, बहुमत के बल पे करते पे कुछ स्ट्रैटजी तैयार की, पूरी आवाज उठाई और उठाते रहेंगे किसान। तुसी जो ये सरकार बननी सी अलायंस होना सी उदो तुसी कह रहे थे कि दुष्यंत चौटाला हरण नाल असी अलायंस कर सकते हैं, इहो जी आवाजा आ रही सी। ਹੁਣ ਜਿਹੜੀ ਸਿਚੁਏਸ਼ਨ ਇੱਥੇ ਹਰਿਆਣਾ ਦੇ ਵਿੱਚ ਹੈ, ਜਿਸ ਤਰੀਕੇ ਨਾਲ ਇਹ JJP ਨੇ ਇਹਨਾਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਫੁੱਟੀ ਹੈ, ਉਸ ਵਕਤ ਹੁਣ ਕਾਂਗਰਸ ਕੀ ਸੋਚਦੀ ਪਈ ਹੈ? ਗਠਬੰਧਨ ਜਮਾ ਮੈਂ ਇੱਕ ਗੱਲ ਕਹਤੀ ਸੀ, ਵੋਟ ਕਿਸੇ ਕੀ ਸਪੋਰਟ ਕਿਸੇ ਕੋ, ਔਰ ਆਹ ਸਾਬਿਤ ਹੋ ਰਿਹਾ ਅੱਜ ਜੋ ਪ੍ਰਸਥਿਤੀ ਦੇਖ ਰਿਹਾ ਹਰਿਆਣੇ ਮੈਂ, ਵੋਟ ਇਹ BJP ਕੇ ਖਿਲਾਫ਼ ਲੈ ਕੇ ਆਏ, ਅੱਜ ਗਠਬੰਧਨ ਕੀ ਸਰਕਾਰ ਬਣਾ ਲਈ। ਤੁਹਾਨੂੰ ਲੱਗਦਾ ਕਿ ਹਰਿਆਣਾ ਦੇ ਵਿੱਚ ਜਿਹੜੀ ਇਸ ਤੋਂ ਬਾਅਦ ਚੋਣਾਂ ਜਦੋਂ ਵੀ ਹੋਣਗੀਆਂ ਉਸ ਪੋਲਿਟਿਕਸ ਦੇ ਵਿੱਚ ਚੌਟਾਲਾ ਪਰਿਵਾਰ ਨੂੰ ਨੁਕਸਾਨ ਹੋਊਗਾ? ਮੈਂ ਵਿਅਕਤੀਗਤ ਬਾਤ ਕਦੀ ਨਹੀਂ ਕਰਦਾ, ਪਰਿਵਾਰ ਦੀ ਬਾਤ, ਕਾਂਗਰਸ ਸਵੀਪ ਕਰੇਗੀ, JJP ਨੂੰ ਨੁਕਸਾਨ ਹੋਊਗਾ? ਮੈਂ ਕਾਂਗਰਸ ਸਵੀਪ, JJP ਤੋਂ JJP ਹੋ NLO ਹੋ BJP ਹੋ ਕੁਛ ਨਹੀਂ, ਕਾਂਗਰਸ ਸਵੀਪ ਕਰੇਗੀ। ਹੁੱਡਾ ਸਾਹਿਬ ਮੈਂ ਕੁਛ ਹੋਰ ਸਵਾਲ ਵੀ ਤੁਹਾਡੇ ਤੋਂ ਲੈ ਲਵਾਂ, ਮੈਨੂੰ ਪਤਾ ਤੁਹਾਡੇ ਕੋਲ ਵਕਤ ਘੱਟ ਹੈ। ਬੁੱਢਾ ਸਾਹਿਬ SYL 'ਤੇ ਇਹਨਾਂ ਨੇ ਫਿਰ 100 ਕਰੋੜ ਰੁਪਇਆ ਰੱਖਿਆ, ਇਸ ਤੋਂ ਪਹਿਲਾਂ ਵੀ ਲਗਾਤਾਰ ਇਹ ਡਿਮਾਂਡ ਉੱਠਦੀ ਰਹੀ ਹੈ, SYL 'ਤੇ ਸਟੈਂਡ ਹਰਿਆਣਾ ਦਾ ਉਹੀ ਹੈ? ਹਰਿਆਣਾ ਦਾ ਜਹਾਂ ਤੱਕ SYL ਦਾ ਸਵਾਲ ਹੈ, ਸੁਪਰੀਮ ਕੋਰਟ ਨੇ ਔਰਡਰ ਦੇ ਦਿੱਤਾ ਹੈ ਔਰ ਉਹ ਔਰਡਰ ਫਾਈਨਲਿਟੀ ਅਟੇਨ ਕਰ ਚੁੱਕਾ ਹੈ, ਕੇਂਦਰ ਸਰਕਾਰ ਨੇ ਖੁਦਵਾਨੀ ਇਹ ਨਹਿਰ ਖੁਦਵਾਨੀ ਚਾਹੀਏ, ਔਰ ਯਹਾਂ ਪੇ BJP ਕੀ ਸਰਕਾਰ, ਕੇਂਦਰ ਮੇਂ BJP ਕੀ ਸਰਕਾਰ, दबाव बनाना चाहिए केंद्र सरकार पर, SYL को दे, हम किसी का हक का पानी नहीं लेते, हम पंजाब का किसी का नहीं, हम तो अपने हक का पानी लें और लेके रहेंगे, संघर्ष करते रहेंगे। इस किसान संघर्ष दे विचाले SYL दी गल कीती गई है, तुसी इस नाल सहमत हो? कोई गल कर गुमराह करने दे, कोई गल करे तो किसान एक है चाहे पंजाब दा हो हरियाणा दा हो, तो उन तो सवाल होना दे सामने किसानी दा है, किसानी नहीं रहेगी तो किथे की मिलना है। ਡੈਡਲੋਕ ਹੋਇਆ ਵਾ, 22 ਜਨਵਰੀ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ, ਸਰਕਾਰ ਗੱਲਬਾਤ ਨਹੀਂ ਕਰ ਰਹੀ, ਤੁਹਾਨੂੰ ਕੀ ਲੱਗਦਾ ਵੀ ਇਹ ਗੱਲਬਾਤ ਕਦੋਂ ਸ਼ੁਰੂ ਹੋ ਸਕਦੀ ਹੈ, ਜਿਹੜੇ 5 ਸੂਬੇ ਦੇ ਇਲੈਕਸ਼ਨਸ ਆ ਉਸ ਤੋਂ ਬਾਅਦ? ਨਹੀਂ ਪਹਿਲੇ ਵੀ ਕਰਨੀ ਚਾਹੀਏ ਸਰਕਾਰ ਦੇ ਨਾਲ, ਦੇਖੋ ਕੋਈ ਵੀ ਸਮੱਸਿਆ ਹੋ ਆਦਾਨ ਪ੍ਰਦਾਨ ਔਰ ਉਸਕਾ ਸਮਾਧਾਨ ਜਬ ਹੀ ਨਿਕਲਤਾ ਹੈ, ਜਬ ਆਪਸ ਮੇਂ ਵਾਰਤਾਲਾਪ ਹੋਣੀ ਚਾਹੀਏ और किसानों की बात माननी चाहिए, सरकार को तुरंत आगे बढ़ना चाहिए। बड़ा साहब तुसी तो बहुत किसानों च रहे हो, तुसी फार्मर्स के नाल अक्सर मिलते रहने हो, तुहानूं की लगता है कित्थे गलबात विच अड़िका कित्थे है? मैं तो सदस्य ही नहीं, किसानों की बात माने कोई अड़िका नहीं है, पर अज किसानों तो जो एक किस्म के दिमाग च ये अंदेशा आ गया है कि इन दे नाल वो किसानी खत्म होगी, तो वो उनके सवाल जो है सरकार को उनकी बात माननी चाहिए और समाधान निकाल चाहिए। अब कितने 3 महीने हो गए किसान अपना सब घर बार छोड़ के यहाँ बैठा है बॉर्डर पे, फैसला करके वो जाए अपने काम संभालें, ये देश का भी नुकसान होता है। मैं सारे
किसान भाइयों ने एक और मैं अपील कर दा, मेरी नोटिस आया है कि कई किसान अपनी खेती उलट रहे, ऐसा ना करें, उधर से देश का नुकसान होगा। कोई सुसाइड करता है वो भी ना करें, इसमें ऐसा कोई काम ना करें। हाँ, उसका आंदोलन करना शांतिप्रिय ढंग से करना, वो सबका अधिकार है, करें, सरकार को मानना पड़ेगा। हुड्डा साहब, किसान महापंचायत ये होनी चाहिए? किसान महापंचायत, किसान तो अपनी बात कहेंगे, कर रहे ते वो किसान महापंचायत जो होंगी उदो सरकार ये कहती है कि इनके पिछे सियासत है? सियासत नहीं है, मैं कह आंदोलन का नेतृत्व किसान करने पे, कोई पार्टी नहीं करती है। तो गुरनाम चडूनी हरा नाम लेके कह दिया कि हुड्डा साहब के बंदे है, उन्होंने गुरनाम चडूनी तो उन्हीं कांग्रेस के खिलाफ इलेक्शन लड़ा थी, ये तो लाडवा तो खुद लड़ा था वो, तो फिर क्यों मेरे कांग्रेस का कैंडिडेट वहाँ विधायक बना हमारा वहाँ, ऐसा कहने वाली बात है? चडूनी हमारे पास मैं तो मिला ही नहीं चडूनी, वो अपनी किसान है, किसान अपनी बात कर रहे हैं, अपना नेतृत्व। किसान संघर्ष के बहुत शहादत हो गई, बड़े किसान शहीद हो गए, पंजाब भी हो, पंजाब के किसान भी शहीद हो, हरियाणा के भी हो, तो उन्होंने बारे इतों की हरियाणा सरकार ने खट्टर सरकार ने कुछ उन्होंने बारे किया जो पंजाब सरकार? कुछ नहीं कहा सर, पंजाब सरकार ने किया, हरियाणा सरकार ने किया, मैं मांग भी रखी है विधानसभा च, उन्होंने श्रद्धांजलि भी दी है, मैं जब श्रद्धांजलि देना पाया उन्होंने शहीद का दर्जा भी मैं दिता है। सरकार वालों दो लफ्ज भी सहानुभूति देनी आए हरियाणा सरकार वालों, देना वजह की मान दे उन्होंने पूछा, ये संवेदनहीन सरकार, संवेदनहीन हो जब संवेदनहीन सरकार। हरियाणा दे विच फसलों की एमएसपी मिलती है? जिनकी एमएसपी होती है उनको बड़ी दिक्कत वाली बात है, लेकिन सबको नहीं मिलती, उसमें भी कोटे लगा दिए जाते हैं। 23 फसलों की एमएसपी है हुड्डा साहब, हरियाणा दे विच कितनी फसलों की एमएसपी मिल रही है थोड़े साहब? बहुत सारी फसलों पे है, वैसे तो पूरे देश में 23 फसलों पे है, लेकिन यहाँ पे हरियाणा में जैसे गेहूँ है, धान है, मक्का है, सरसों है, इनके सब पे है। तुसी कदे सोचा भी मैं किसान संघर्ष के जावा उ गलबात करा जाके? तुसी वैसे जाके टिकरी बॉर्डर वगैरह पर जाके टूर्नामेंट से उ जाके समर्थन दिया हमने, किसान उन्होंने बुलाया था, समर्थन दिया, वो किसान किसी भी स्टेज पर नहीं बुलाते किसी पॉलिटिकल पार्टी में, नहीं पॉलिटिकल पार्टीज नु जटिया बीजेपी दे अगेंस्ट पार्टियां हैगी विरोधी पार्टियां उन्होंने लग के मोर्चा खोलना चाहिए, किसी नु नहीं स्टेज पर बुलाते, किसान नेतृत्व तो करदे पए हैं। इदा मैं कितनी बार दसूंगा, नहीं स्टेज कितनी बार दसूंगा, एक किसान जो है स्वयं उदा नेतृत्व तो करते हुए कोई पॉलिटिकल पार्टी नहीं करती। नहीं तुहाडी गल ठीक है बड़ा साहब, पर किसान ये भी डिमांड करते पे कि साडी स्टेज ते ना आओ, पर एक जगह ते तुसी एक समर्थन दे रहे, वक्खरा फ्रंट भी खोलो, कोई समर्थन दे रहे, समर्थन हर हर पार्टी दे रही है, उनका समर्थन दे रही है। अगले इलेक्शन हम किसान दे झंडे ते होंगे? झंडा तो हमारे पार्टी का तो है ही, सदा किसान मजदूर के हित की पार्टी है। कर्जे माफ दे हक विच तुसी किसानों दे कर्जे माफ होंगे? बिल्कुल, पहले कांग्रेस से दम हुआ भी था, मैं जब मुख्यमंत्री जब भी हमने किए थे। बहुत धन्यवाद, थैंक्स, धन्यवाद। ये सन भुपिंदर सिंह हुड्डा जिन्होंने किसान दे बारे गल की है, खेती कानून बारे खुल के गल की है। इस गलबात भुपिंदर सिंह हुड्डा ने जिस तरीके ने कहा कि केंद्र सरकार को इन्हों की गल सुननी चाहिए है, केंद्र सरकार इन्हों की किन्नी गल सुनेगी, सवाल अपने बरकरार है, पर जिस तरीके ने कह रहे हैं कि कांग्रेस किसान संघर्ष के पिछे ना के खड़ी है, किसान के नाल खड़ी है। बहुत धन्यवाद।